ਦੱਸਦਾ ਫਿਰ ਸਟੋਰੀ ਪਾਪਾ ਮੈਨੂੰ ਨੈਕਸਟ ਕੁਐਸਚਨ ਆਈ ਤਾਂ ਕੀ ਸੀਨ ਨੇ ਕਿ ਮੈਂ ਨੈਕਸਟ ਕੁਐਸਚਨ ਪਲੀਜ਼ ਸੋ ਨਹੀਂ ਨਹੀਂ ਮੈਨੂੰ ਮੰਮੀ ਤੋਂ ਕੁੱਟ ਪਈ ਆ ਇੱਕ ਵਾਰੀ ਕੀ ਹੋਇਆ ਮੈਂ ਤੈਨੂੰ ਮੰਮੀ ਦੀ ਸਟੋਰੀ ਦੱਸ ਦਿੰਦਾ ਇੱਕ ਵਾਰੀ ਮੈਂ ਕਿਤੇ ਬਾਹਰ ਲੜ ਦੁੜ ਕੇ ਆਇਆ ਹੋਊਂਗਾ ਤੇ ਕੁਛ ਨਾ ਕੁਛ ਮੇਰੀ ਗਲਤੀ ਉਹ ਹੋਣੀ ਆ ਤੇ ਮੈਂ ਕਿਤੇ ਖੜਾ ਤੇ ਮੈਂ ਨਾ ਘਰੇ ਐਂਟਰ ਕੀਤਾ ਤੇ ਮੰਮੀ ਉਦੋਂ ਚੱਪਲ ਹੁੰਦੀ ਮੋਟੀ ਐਡੀ ਵੱਡੀ ਸੋਲ ਵਾਲੀ ਤੇ ਨਾ ਮੰਮੀ ਕਹਿੰਦੇ ਦੁੱਧ ਪੀ ਲਾ ਮੈਂ ਗਲਾਸ ਚੱਕਿਆ ਮੈਂ ਦੁੱਧ ਪੀਣ ਲੱਗ ਗਿਆ ਦੋ ਕੁ ਮਿੰਟ ਬਾਅਦ ਨਾ ਮੈਂ ਹਲੇ ਦੁੱਧ ਖਤਮ ਨਹੀਂ ਸੀ ਕੀਤਾ ਪਰ ਆਏ ਡੀਕ ਲਾ ਕੇ ਅੱਧਾ ਗਲਾਸ ਪੀ ਲਿਆ ਤੇ ਮੇਰੇ ਹੱਥ ਸੀ ਮੰਮੀ ਨੂੰ ਲੱਗਿਆ ਕਿਤੇ ਦੁੱਧ ਮੁੱਕ ਗਿਆ ਮੰਮੀ ਨੇ ਚੱਪਲ ਲਾਈ ਕਹਿੰਦੇ ਤੂੰ ਫਲਾਣਾ ਕੰਮ ਕੀਤਾ ਐਂ ਕਰਕੇ ਨਾ ਜ਼ੋਰ ਦੀ ਮਾਰੀ ਚੱਪਲ ਮੈਂ ਥੋੜ੍ਹਾ ਡਰਾਮਾ ਕਰਤਾ ਕਿ ਕੁੱਟ ਘੱਟ ਪਵੇ ਮੈਂ ਨਾ ਐਂ ਨਹੀਂ ਕਰ ਉਹ ਮੈਂ ਕਿਹਾ ਦੁੱਧ ਡੁੱਲ ਗਿਆ ਮੰਮੀ ਨੂੰ ਪਤਾ ਲੱਗ ਗਿਆ ਮੈਂ ਜਾਣ ਕੇ ਉਹ ਚਾਰ ਪੰਜ ਚੱਪਲਾਂ ਮੈਂ ਕਿਹਾ ਤੂੰ ਡਰਾਮੇ ਕਰ ਦੁੱਧ ਸਾਫ਼ ਕਰਨ ਜਾ ਕੇ ਸਫਾਈ ਵੀ ਆਪ ਹੀ ਕਰਨਾ